ਆਸ਼ੂ ਕਿੱਥੇ ਹੈ? ਚੱਲ ਰਿਹਾ ਨਹੀਂ? ਸਤਿ ਸ਼੍ਰੀ ਅਕਾਲ ਦੋਸਤੋ, ਹੁਣ ਅਸੀਂ ਸਾਰੇ ਸੀਐਮ ਹਾਊਸ ਚੰਡੀਗੜ੍ਹ ਵਿਖੇ, ਜਿਹੜਾ ਬਿੱਟੂ ਜੀ ਹਰਾ ਨੇ ਅਤੇ ਆਸ਼ੂ ਜੀ ਹਰਾ ਨੇ ਜਿਹੜਾ ਧਰਨਾ ਦਿੱਤਾ ਹੋਇਆ, ਤੁਹਾਨੂੰ ਪਤਾ ਜੋ ਪਰਸੋਂ ਲੁਧਿਆਣਾ ਦੇ ਅੰਦਰ ਹੋਇਆ, ਜਿਸ ਤਰ੍ਹਾਂ ਦਾ ਇੱਕ ਚਿੱਟਾ ਰਾਵਣ ਸਾੜਿਆ ਜਾ ਰਿਹਾ ਸੀ ਉਹਦੇ ਖਿਲਾਫ, ਜਦੋਂ ਪੁਲਿਸ ਨੇ ਲਾਠੀ ਚਾਰਜ ਕੀਤਾ, ਕਿਸ ਤਰ੍ਹਾਂ ਬੰਦਿਆਂ ਨੂੰ ਫੱਟੜ ਕੀਤਾ ਔਰ ਜੋ ਕਾਰਵਾਈ ਕੀਤੀ ਉਹਦੇ ਖਿਲਾਫ ਲੁਧਿਆਣੇ ਨੇ ਔਰ ਰਵਨੀਤ ਸਿੰਘ ਬਿੱਟੂ, ਚਰਨਜੀਤ ਸਿੰਘ ਚੰਨੀ, ਆਇਆ ਕੈਮਰਾ ਦੂਜੇ ਪਾਸੇ ਕਿਉਂ, ਚਰਨਜੀਤ ਸਿੰਘ ਚੰਨੀ ਜੀ, ਕੁਲਜੀਤ ਸਿੰਘ ਨਾਗਰਾ ਸਾਹਿਬ ਤੁਹਾਡੇ ਸਾਹਮਣੇ, ਚਰਨਜੀਤ ਸਿੰਘ ਚੰਨੀ ਅਤੇ ਰਵਨੀਤ ਸਿੰਘ ਬਿੱਟੂ ਬੈਠੇ ਨੇ, ਉਹਨਾਂ ਦੇ ਨਾਲ ਉਹਨਾਂ ਦੇ ਹੋਰ ਸਾਥੀ ਔਰ ਇੱਧਰ ਸੁਖਜਿੰਦਰ ਸਿੰਘ ਰੰਧਾਵਾ ਹਮੇਸ਼ਾ ਹੀ ਜਿਹੜੇ ਲੜਾਈ ਲੜਨ ਲਈ ਤਿਆਰ ਰਹਿੰਦੇ ਨੇ। ਆਸ਼ੂ ਜੀ, ਇਹ ਮੁੱਖ ਮੰਤਰੀ ਦੇ ਘਰ ਦੇ ਬਾਹਰ ਦਾ ਜਿਹੜਾ ਇਹ ਸੀਨ ਹੈ ਜਿਹੜਾ ਤੁਸੀਂ ਵੇਖ ਰਹੇ ਹੋ, ਤਮਾਮ ਲੋਕ ਆ ਜਿਪਸੀ ਸਿਕਿਉਰਿਟੀ ਆ ਸੀ ਐਮ ਹਾਊਸ, ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੀਦਾ ਕਿ ਬਾਦਲ ਪ੍ਰਕਾਸ਼ ਸਿੰਘ ਬਾਦਲ ਅਤੇ ਸਰਕਾਰ ਇੰਨੀ ਨਾਦਰਸ਼ਾਹ ਹੋ ਗਈ ਹੈ ਕਿ ਅੱਜ ਤਮਾਮ ਅਸੀਂ ਸਾਰੇ ਤੁਸੀਂ ਦੇਖੋਗੇ ਕਿ ਉਹਨਾਂ ਦੇ ਘਰ ਦੇ ਬਾਹਰ ਬੈਠੇ ਹਾਂ ਔਰ ਜਿੱਥੇ ਕਿਸੇ ਤਰ੍ਹਾਂ ਦਾ ਕੋਈ ਇੰਤਜ਼ਾਮ ਨਹੀਂ ਹੈ, ਤਮਾਮ ਪੁਲਿਸ ਕਰਮਚਾਰੀ, ਇੱਕ ਸ਼ਰਮ ਨਹੀਂ ਹੈ ਕਿ ਅਸੀਂ ਇਹ ਗੱਲ ਆਖੀ ਕਿ ਇੱਕ ਪੁਲਿਸ ਮੁਲਾਜ਼ਮ ਦੀ ਬਦਲੀ ਕਰ ਦਿੱਤੀ ਜਾਵੇ, ਉਹਦੀ ਇਨਕੁਆਇਰੀ ਖੋਲ੍ਹ ਦਿੱਤੀ ਜਾਵੇ, ਜਿਨ੍ਹਾਂ ਨੇ ਨਜਾਇਜ਼ ਨਿਹੱਥਿਆਂ 'ਤੇ ਲਾਠੀਚਾਰਜ ਕੀਤਾ, ਸਿਰ ਪਾੜੇ, ਔਰ ਅੱਜ ਤੁਸੀਂ ਦੇਖਿਆ ਹੋਣਾ ਉਲਟਾ DSPਾਂ ਨੂੰ ਆਪਦੀ ਫੋਟੋ ਵਾਲੇ ਸ਼ਾਲ ਨਾਲ ਸਨਮਾਨਿਤ ਕਰਦੇ ਕਿ ਪ੍ਰਾਊਡ ਟੂ ਬੀ ਅਕਾਲੀ। ਸ਼ਰਮ ਆਉਣੀ ਚਾਹੀਦੀ ਹੈ ਇੱਥੋਂ ਦੀ ਸਰਕਾਰ ਨੂੰ ਔਰ ਨਾਲ ਪੁਲਿਸ ਦੇ ਉਹਨਾਂ ਵਰਦੀਧਾਰੀ ਸਾਡੇ ਅਫਸਰ ਸਾਹਿਬਾਨਾਂ ਨੂੰ ਜਿਹੜੇ ਕਿ ਕੇਵਲ ਅਤੇ ਕੇਵਲ ਬਾਦਲ ਦੇ ਕਰਿੰਦੇ ਬਣ ਕੇ ਰਹਿ ਗਏ ਨੇ। ਹੋਰ ਮਜ਼ੇਦਾਰ ਗੱਲ ਦੱਸਣੀ ਚਾਹੁੰਦਾ ਤੁਹਾਨੂੰ ਸਾਥੀਓ, ਜਿੱਥੇ ਬਿੱਟੂ ਜੀ ਹਰੀ ਬੈਠੇ ਹੈ, ਲੰਗਰ ਲੁੰਗਰ ਅਸੀਂ ਛੱਕ ਕੇ ਹਟੇ ਹੈ, ਬਾਹਰੋਂ ਮੰਗਾਇਆ, ਗੇਟ ਦੇਖ ਲਓ, ਇਹ ਸੀਐਮ ਹਾਊਸ ਹੈ। ਪਰਮਾਤਮਾ ਕਿਰਪਾ ਕਰੇ 2017 'ਚ ਇੱਧਰਲੇ ਪਾਸੇ ਤੁਹਾਡੀ ਕਿਰਪਾ ਨਾਲ ਜਿਹੜੇ ਗਰੀਬਾਂ 'ਤੇ, ਮਜ਼ਰੂਮਾਂ 'ਤੇ, ਮਿੱਧਿਆਂ 'ਤੇ, ਦੱਬਿਆਂ 'ਤੇ ਜੋ ਧੱਕਾਸ਼ਾਹੀ ਹੋਈ 10 ਸਾਲਾਂ ਦੇ ਦਰਮਿਆਨ, ਅੱਜ ਵੀ ਲੰਬੀ ਦੇ ਵਿੱਚ ਕਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕੀਤੀ ਗਈ, ਕੁੱਟੇ ਗਏ, ਕਿਉਂਕਿ ਆਪਦੀ ਗੱਲ ਕਹਿਣ ਜਾ ਰਹੇ, ਉਹਨਾਂ ਨਿਹੱਥਿਆਂ 'ਤੇ ਵਾਰ ਕੀਤਾ ਗਿਆ। ਸੋ ਮੈਂ ਤੁਹਾਨੂੰ ਹੋਰ ਦਿਖਾਉਣਾ ਚਾਹੁੰਦਾ, ਕੇਵਲ ਅਸੀਂ ਨਹੀਂ, ਅਸੀਂ ਤਾਂ ਬੈਠੇ ਹੀ ਬੈਠੇ, ਕੁਝ ਲੋਕ ਲੇਡੀਜ਼ ਤੇ ਜਿਹੜੀਆਂ ਸਾਡੀਆਂ ਭੈਣਾਂ ਜਿਹੜੀਆਂ ਆਪਦੇ ਘਰ ਬਾਰ ਛੱਡ ਕੇ ਆਈਆਂ, ਜਿਹੜੀਆਂ ਹੋਮ ਗਾਰਡ 'ਚ ਇਹਨਾਂ ਦੇ ਘਰ ਵਾਲੇ ਨੌਕਰੀ ਕਰਦੇ ਸੀ, ਹੋਮ ਗਾਰਡ 'ਚ ਜਿਹਨਾਂ ਦੀ ਤਨਖਾਹ 3,35,000, ਉਹਨਾਂ ਦੇ ਪੈ ਜੋ ਤੁਸੀਂ ਜਾਗਦੀਆਂ ਪਈਆਂ ਵਿਚਾਰੀਆਂ, ਉਹਨਾਂ ਦੇ ਘਰ ਵਾਲਿਆਂ ਦੀ ਕਿਸੇ ਦੀ ਡੈਥ ਹੋ ਗਈ, ਕਿਸੇ ਦਾ ਕੋਈ ਹੋਰ, ਉਹ ਵੀ ਅੱਜ ਬਾਦਲ ਸਾਹਿਬ ਤੋਂ ਮੰਗ ਮੰਗਣ ਵਾਸਤੇ ਅੱਜ ਇੱਥੇ ਤੁਹਾਡੇ ਦਰਮਿਆਨ ਆ ਬੈਠੀਆਂ, ਦੇਖ ਰਹੇ ਹੋ ਤੁਸੀਂ। ਇਹ ਵੀ ਬਾਦਲ ਦੇ ਘਰ ਦੇ ਬਾਹਰ ਦਾ ਦ੍ਰਿਸ਼, ਲੇਡੀਜ਼ ਸਾਡੀਆਂ ਭੈਣਾਂ, ਔਰ ਇਹ ਫੁੱਟਪਾਥ ਹੈ, ਤੁਸੀਂ ਦੇਖ ਰਹੇ ਹੋ, ਇਹ ਫੁੱਟਪਾਥ ਹੈ ਔਰ ਫੁੱਟਪਾਥ 'ਤੇ ਵਿਚਾਰੀਆਂ ਸੁੱਤੀਆਂ ਪਈਆਂ, ਨਾ ਕੋਈ ਖਾਣ ਦਾ, ਨਾ ਪੀਣ ਦਾ ਔਰ ਨਾ ਔਰਤਾਂ ਦੇ ਵਾਸਤੇ ਰਹਿਣ ਦਾ। ਪਰ ਚੰਗਾ ਹੁੰਦਾ ਪ੍ਰਕਾਸ਼ ਸਿੰਘ ਬਾਦਲ ਦਾ ਇਹ ਐਡਾ ਵੱਡਾ ਜਿਹੜਾ ਕਿਲ੍ਹਾ ਬਣਾਇਆ ਹੈ, ਆ ਤੁਸੀਂ ਵੇਖ ਰਹੇ ਹੋ ਇਹਦੇ ਉੱਤੇ ਲਿਖਿਆ, ਮੁੱਖ ਮੰਤਰੀ ਪੰਜਾਬ ਦੇ ਘਰ ਦੇ ਸਾਹਮਣੇ ਜੰਗੀ ਫੌਜੀ ਸ਼ਹੀਦਾਂ ਦੀਆਂ ਵਿਧਵਾਵਾਂ ਅਤੇ ਪਰਿਵਾਰ ਆ ਲਗਾਤਾਰ ਧਰਨੇ 'ਤੇ ਬੈਠੇ ਹੈ। ਆਹ ਥੱਲੇ ਉਹ ਸਾਥੀ ਨੌਜਵਾਨ, ਉਹਨਾਂ ਦੇ ਮੁੰਡੇ, ਉਹਨਾਂ ਦੇ ਪਰਿਵਾਰ ਦੇ ਜਿਹੜੇ ਹੈ ਮੈਂਬਰ ਆ ਸੁੱਤੇ ਪਏ ਆ, ਫੁੱਟਪਾਥ ਹੈ ਔਰ ਤੁਸੀਂ ਵੇਖ ਰਹੇ ਹੋ ਆ ਜਿਹੜੀ ਉਹ ਸੜਕ ਹੈ ਅਤੇ ਨਾਲ ਹੀ ਨਾਲ ਆ ਸੀਐਮ ਦਾ ਘਰ, ਸਾਹਮਣੇ ਸੀਐਮ ਦਾ ਗੇਟ ਆ, ਤਮਾਮ ਉਹਨਾਂ ਦੇ ਆ ਸਦੀਕ ਸਾਹਿਬ ਹੁਣੇ ਮੇਰਾ ਖਿਆਲ ਉੱਧਰੋਂ ਟਹਿਲਦੇ ਆਏ ਹੈ, ਸੰਦੀਕ ਸਾਹਿਬ ਵੀ ਅੱਜ ਰਾਤ ਨੂੰ ਇੱਥੇ ਹੀ ਰਹਿਣਗੇ। ਅੱਗੇ ਤੁਹਾਨੂੰ ਵਿਖਾ ਕੇ ਲਿਆਉਣਾ, ਕੇਵਲ ਇੰਨੇ ਹੀ ਬੰਦੇ ਨਹੀਂ, ਅੱਗੇ ਵੀ ਤੁਹਾਨੂੰ ਦਿਖਾਉਣਾ ਚਾਹੁੰਦਾ, ਹੋਰ ਵੀ
ਸੀਐਮ ਦੇ ਘਰ ਦੇ ਬਾਹਰ ਬੰਦੇ ਜਿਹੜੇ ਆ ਸੁੱਤੇ ਪਏ ਆ, ਜਿਨ੍ਹਾਂ ਦੀ ਸਾਰ ਲੈਣ ਵਾਸਤੇ ਕੋਈ ਨਹੀਂ ਆ ਰਿਹਾ। 10 ਸਾਲਾਂ ਦਾ ਜਿਹੜਾ ਬਾਦਲ ਕਹਿੰਦਾ ਰਾਜ ਨਹੀਂ ਸੇਵਾ, ਮੈਂ ਲੋਕਾਂ ਦੀ ਸੇਵਾ ਕਰਾਂਗਾ, ਮੈਂ ਲੋਕਾਂ ਦੇ ਹਮਦਰਦੀ ਹਾਂ, ਮੈਂ ਲੋਕਾਂ ਨੂੰ ਹਮੇਸ਼ਾ ਪਿਆਰ ਕੀਤਾ। ਆਓ ਤੁਹਾਨੂੰ ਵਿਖਾਉਣਾ ਚਾਹੁੰਦਾ ਇੱਕ ਹੋਰ ਦ੍ਰਿਸ਼ ਕਿਸ ਤਰ੍ਹਾਂ ਇਹ ਹੋਰ ਮੇਰਾ ਖਿਆਲ ਸ਼ਹੀਦਾਂ ਨੂੰ ਜਿਨ੍ਹਾਂ ਦੀਆਂ ਫੋਟੋਆਂ ਆਹ ਦਿਖੀਆਂ ਜਾਂ ਲਿਖਿਆ, ਇਹ 1962 ਅਤੇ 71 ਦੀਆਂ ਜੰਗ ਵਿੱਚ ਕੁਰਬਾਨ ਹੋਏ ਉਹ ਜਵਾਨ ਹਨ ਜਿਨ੍ਹਾਂ ਦੇ ਪਰਿਵਾਰਾਂ ਨੂੰ ਜੰਗੀ ਅਵਾਰਡ ਵਜੋਂ ਮਿਲਣ ਵਾਲੀ 10-10 ਏਕੜ ਜ਼ਮੀਨ ਵਾਲੇ ਕੇਸ ਪੰਜਾਬ ਸਰਕਾਰ ਨੇ ਮਾਲ ਅਤੇ ਪੂਰਨ ਵਾਸ ਵਿਭਾਗ ਵਿੱਚ ਲੰਬਿਤ ਪਏ ਹਨ ਅਤੇ ਇਹਨਾਂ ਦੇ ਪਰਿਵਾਰ 11 ਅਪ੍ਰੈਲ 2016 ਨੂੰ ਅਣਮਿੱਥੇ ਸਮੇਂ ਲਈ ਪਟਿਆਲਾ ਦੇ ਧਰਨੇ 'ਤੇ ਬੈਠੇ ਹਨ। ਆ ਉਹ ਲੋਕ ਨੇ ਜਿਹੜੇ 1965 ਅਤੇ 71 ਦੀ ਜੰਗ ਦੇ ਵਿੱਚ ਸ਼ਹੀਦ ਹੋਏ ਨੇ ਅਤੇ ਆ ਇਹਨਾਂ ਦੇ ਉਹ ਪਰਿਵਾਰ ਦੇ ਲੋਕ ਹੈ ਜਿਹੜੀਆਂ ਸਾਡੀਆਂ ਭੈਣਾਂ ਅਤੇ ਬੰਦੇ ਜਿਹੜੇ ਤੁਸੀਂ ਵੇਖ ਰਹੇ ਹੋਗੇ ਆ ਸੁੱਤੇ ਪਏ ਹੈ। ਆ ਇੱਥੇ ਅਨੇਕਾਂ ਲੋਕ ਸੁੱਤੇ ਪਏ, ਮੈਂ ਇਹਨਾਂ ਨੂੰ ਡਿਸਟਰਬ ਨਹੀਂ ਕਰਨਾ ਚਾਹੁੰਦੀਆਂ। ਬੁੱਢੀਆਂ ਮਾਵਾਂ ਵੀ ਪਈਆਂ, ਭੈਣਾਂ ਵੀ ਪਈਆਂ ਜਿਹੜੇ ਕਿ ਸੁੱਤੇ ਪਏ ਆ, ਜਿਨ੍ਹਾਂ ਦਾ ਕੋਈ ਸਾਧਨ ਨਹੀਂ ਗਾ। ਆ ਕਿੰਨੇ ਲੋਕ ਇੱਥੇ ਸੁੱਤੇ ਪਏ ਹੈ, ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ। ਸੋ ਕਿਉਂਕਿ ਹੁਣ ਇਹਨਾਂ ਨੂੰ ਵਿਚਾਰਿਆਂ ਨੂੰ ਸੁੱਤਿਆਂ ਪਿਆਂ ਨੂੰ ਉੱਠਣਾ ਆ ਹਾਲਾਤ ਨੇ ਬਾਦਲ ਦੇ ਘਰ ਦੇ ਬਾਹਰ। ਮੈਂ ਅਤੇ ਚੰਨੀ ਸਾਹਿਬ ਅਤੇ ਸਾਡੇ ਜਿਹੜੇ ਹੈਗੇ ਹੈ ਸਦੀਕ ਸਾਹਿਬ, ਇਹਨਾਂ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਅਸੀਂ ਇਹਨਾਂ ਦੇ ਨਾਲ ਅੱਜ ਇੱਥੇ ਰਾਤ ਗੁਜ਼ਾਰ ਰਹੇ ਹਾਂ। ਦੂਜੀ ਰਾਤ ਹੈ ਅੱਜ ਇਹ, ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹਦੇ ਵਿੱਚ ਅਸੀਂ ਤਮਾਮ ਸਾਥੀਆਂ ਨੇ ਪ੍ਰਣ ਕੀਤਾ ਕਿ ਅਸੀਂ ਲੋਕਾਂ ਦੇ ਹਿੱਤ ਇਨਸਾਫ ਦਵਾਵਾਂਗੇ ਔਰ ਉਹਨਾਂ ਦੀ ਲੜਾਈ ਲੜਦੇ ਰਹਾਂਗੇ। ਤੁਹਾਨੂੰ ਪਹਿਲਾਂ ਵੀ ਪਤਾ ਹੋਣਾ ਵਿਧਾਨ ਸਭਾ ਦੇ ਵਿੱਚ ਵੀ ਅਸੀਂ ਪਹਿਲਾਂ ਰਾਤ ਗੁਜ਼ਾਰੀ, ਲੜਾਈ ਲੜੀ ਔਰ ਬਾਦਲ ਔਰੰਗਜ਼ੇਬ ਹੋ ਗਿਆ। ਸੱਚੀ ਲੋਕ ਸੀ ਕਿ ਬਾਦਲ ਦੇ ਵਿੱਚ ਔਰੰਗਜ਼ੇਬ ਦੀ ਰੂਹ ਆ ਗਈ ਹੈ ਔਰ ਸੱਚੀ ਮੈਨੂੰ ਲੱਗਦਾ ਹੈ ਕਿ ਇਹ ਕੋਈ ਕਥਕਥਨੀ ਨਹੀਂ ਹੋਏਗੀ। ਬਾਦਲ ਸਾਹਿਬ 'ਚ ਔਰੰਗਜ਼ੇਬ ਦੀ ਰੂਹ ਆਈ ਹੈ, ਇਸ 'ਚ ਕੋਈ ਗੱਲ ਨਹੀਂ। ਤੁਹਾਨੂੰ ਪਤਾ ਹੈ ਕਿ ਗਰੀਬਾਂ ਤੇ ਅਤਿਆਚਾਰ, ਕਿਸਾਨਾਂ ਤੇ ਅਤਿਆਚਾਰ, ਬਿੱਟੂ ਜੀ ਨਾਗਰਾ ਸਾਹਿਬ ਵਿਚਾਰੇ ਖੜੇ ਹੋ ਜਰਾ, ਠੰਡ ਦੇ ਮਰੀਜ਼ ਸਾਡਾ ਥੋੜਾ ਮੋਟਾ ਹੱਸ ਖੇਡ ਕੇ ਆਪਦਾ ਦਿਲ ਵੀ ਪ੍ਰਚਾਰ ਰਹੇ ਹੈ ਕਿਉਂਕਿ ਬਾਦਲ ਬਾਲਾਸਰ ਚਲਾ ਗਿਆ ਆਪਦੇ ਬੂਟੇ ਬਾਟੇ ਵੇਖਣ, ਕਿਉਂਕਿ ਅੱਜ ਤੋਂ 2.5 ਮਹੀਨੇ ਬਾਅਦ ਤੁਹਾਡੀ ਕਿਰਪਾ ਦੇ ਨਾਲ ਬਿੱਟੂ ਜੀ ਸਾਹਮਣੇ ਖੜੇ ਹੈ, ਉੱਥੇ ਪਹੁੰਚ ਜਾਣਾ ਹੈ ਬਾਦਲ ਸਾਹਿਬ ਨੇ, ਇਸ ਕਰਕੇ ਉਹ ਆਪਦਾ ਘਰ ਬਾਰ ਵੇਖਣ ਗਏ ਹੈ। ਲੋ ਪੰਜਾਬੀਓ, ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ, ਜਿਵੇਂ ਕਿ ਜਨਰਲ ਅਡਵਾਇਰ ਦਾ ਜੋ ਜਲਿਆਂਵਾਲਾ ਕਾਂਡ ਹੋਇਆ ਸੀ ਅਤੇ ਸ਼ਹੀਦ ਊਧਮ ਸਿੰਘ ਨੇ 21 ਸਾਲਾਂ ਬਾਅਦ, 21 ਸਾਲਾਂ ਦੀ ਤਪੱਸਿਆ ਤੋਂ ਬਾਅਦ 2500 ਪੰਜਾਬ ਦੇ ਨੌਜਵਾਨ ਦਾ ਜਿਹੜਾ ਪੰਜਾਬੀ ਸੀ ਜਦੋਂ ਜਲਿਆਂਵਾਲਾ ਬਾਗ ਕਾਂਡ ਹੋਇਆ, ਗੋਲੀਆਂ ਮਾਰ ਕੇ ਕਹਿੰਦੇ ਆ, ਇਤਿਹਾਸ ਦੱਸਦਾ ਕਿ 15 ਮਿੰਟਾਂ 'ਚ 1650 ਰਾਊਂਡ 1650 ਰਾਊਂਡ ਜਨਰਲ ਅਡਵਾਇਰ ਨੇ ਨਿਹੱਥਿਆਂ 'ਤੇ ਗੋਲੀਆਂ ਚਲਾ ਕੇ ਮਾਰ ਦਿੱਤੇ ਗਏ ਸੀ ਅਤੇ ਸ਼ਹੀਦ ਊਧਮ ਸਿੰਘ ਉਦੋਂ ਕੇਵਲ 20 ਸਾਲ ਦਾ ਸੀ, 20 ਸਾਲ ਦੀ ਉਮਰ 'ਚ ਉੱਥੇ ਪਾਣੀ ਦੀ ਸੇਵਾ ਕਰ ਰਹੇ ਸਨ ਅਤੇ ਉਹਨਾਂ ਨੇ ਆਪਦੇ ਮਨ 'ਚ ਧਾਰਿਆ ਕਿ ਜਨਰਲ ਅਡਵਾਇਰ ਦਾ ਬਦਲਾ ਨਹੀਂ ਲਵਾਂਗਾ ਤਦ ਤੱਕ ਮੈਂ ਦਮ ਨਹੀਂ ਲਵਾਂਗਾ ਅਤੇ 21 ਸਾਲ ਭਾਲਦੇ ਭੁਲਾਉਂਦੇ ਇੰਗਲੈਂਡ ਦੀ ਧਰਤੀ 'ਤੇ ਜਾ ਕੇ ਕਿੰਗਸਟਨ ਪੈਲਸ ਜਦੋਂ ਜਨਰਲ ਅਡਵਾਇਰ ਬੋਲ ਰਿਹਾ ਸੀ ਅਤੇ ਉਦੋਂ ਉਹਦੀ ਛਾਤੀ 'ਚ 3 ਗੋਲੀਆਂ ਮਾਰ ਕੇ ਪੰਜਾਬ ਦੇ ਹਿੰਦੁਸਤਾਨ ਦੇ 2500 ਬੰਦੇ ਦਾ ਔਰ ਜਨਰਲ ਅਡਵਾਇਰ ਦਾ ਬਦਲਾ ਲਿਆ ਗੋਲੀ ਮਾਰ ਕੇ। ਅੱਜ ਗੋਲੀ ਮਾਰਨ ਦੀ ਲੋੜ ਨਹੀਂ, ਮੈਂ ਨਹੀਂ ਕਹਿੰਦਾ ਕਿਸੇ ਨੂੰ ਗੋਲੀ ਮਾਰ ਦਿੱਤੀ ਜਾਵੇ, ਲੇਕਿਨ ਸਮਾਂ ਆ ਗਿਆ। 15 ਲੱਖ ਨੌਜਵਾਨ ਜਿਨ੍ਹਾਂ ਦੀਆਂ ਰਗਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਅਤੇ ਉਹਦੇ ਕੋਡਮੇ ਨੇ ਜ਼ਹਿਰ ਭਰਤਾ ਅਤੇ ਜੀਰਾ ਰਾਵਣ ਜਿਹਨੂੰ ਚਿੱਟੇ ਦੇ ਨਾਂ ਨਾਲ ਜਾਣਿਆ ਜਾਂਦਾ, ਚਿੱਟਾ ਪੰਜਾਬ ਦੇ ਪੁਲਿਸ ਕਰਮਚਾਰੀ ਅਤੇ ਆ ਫਿਰ ਗੇਟ 'ਤੇ
ਵਿਚਾਰੇ ਪੁਲਿਸ ਵਾਲੇ ਭਰਾ ਤੈਨਾਤ ਹੋ ਗਏ ਵੀ ਸ਼ਾਇਦ ਇੱਧਰ ਨੂੰ ਨਾ ਟੱਪਣ ਜਾਣ। ਟੱਪਾਂਗੇ, ਇੱਕ ਅੱਧਾ ਦਿਨ ਵੇਖਦੇ ਹਾਂ ਜਾਂ ਅੱਜ ਰਾਤ ਵੇਖਦੇ ਹਾਂ, ਟੱਪਣਾ ਵੀ ਹੈ। ਬਾਬਾ ਤੁਹਾਡੀ ਕਿਰਪਾ ਅਤੇ ਆਸ਼ੀਰਵਾਦ ਦੇਵੇ। ਅਤੇ ਚਿੱਟਾ ਰਾਵਣ, ਚਿੱਟੇ ਦਾ ਰਾਵਣ, ਜਿਹੜਾ ਚਿੱਟੇ ਦਾ ਰਾਵਣ ਜਿਹੜਾ ਚਿੱਟਾ ਪੰਜਾਬ 'ਚ ਮਸ਼ਹੂਰ ਆ, ਉਹਦਾ ਰਵਨੀਤ ਸਿੰਘ ਬਿੱਟੂ ਅਤੇ ਆਹ ਆਸ਼ੂ ਜੀ ਜਿਹੜੇ ਪਏ ਹੈ, ਇਹ ਚਿੱਟੇ ਦਾ ਰਾਵਣ ਬਣਾ ਕੇ ਦੁਸ਼ਹਿਰੇ 'ਤੇ ਫੂਕ ਰਹੇ ਸਨ, ਜਿਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਲੇਕਿਨ ਮੈਂ ਅੱਜ ਜਿੰਨੇ ਮੁੰਡੇ ਨੌਜਵਾਨ ਹੁਣ ਫੇਸਬੁੱਕ 'ਤੇ ਵੇਖ ਰਹੇ ਲਾਈਵ, ਮੈਂ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਚਰਨਾਂ 'ਚ, ਅਗਰ ਵਾਕਈ ਅਸੀਂ ਪੰਜਾਬ ਦੇ ਵਾਸੀ, ਅਗਰ ਵਾਕਈ ਅਸੀਂ ਭਗਤ ਸਿੰਘ ਦੇ ਵਾਰਿਸ ਹਾਂ, ਕਰਤਾਰ ਸਿੰਘ ਸਰਾਭੇ ਦੇ ਵਾਰਿਸ, ਆਓ ਹੁਣ ਇਕੱਠੇ ਹੋ ਕੇ ਅੱਜ ਬਦਲਾ ਲੈਣ ਦੀ ਲੋੜ ਹੈ ਪੰਜਾਬ ਦੇ 15 ਲੱਖ ਨੌਜਵਾਨਾਂ ਦਾ, ਜਿਨ੍ਹਾਂ ਦੀਆਂ ਰਗਾਂ 'ਚ ਪ੍ਰਕਾਸ਼ ਸਿੰਘ ਬਾਦਲ ਅਤੇ ਉਹਰੇ ਕੋੜਵੇਂ ਨੇ ਜ਼ਹਿਰ ਭਰਤਾ, ਮਜੀਠੀਏ ਨੇ ਜ਼ਹਿਰ ਭਰਤਾ, ਜਿਹੜੀਆਂ ਰਗਾਂ 'ਚ ਸੁਖਬੀਰ ਸਿੰਘ ਬਾਦਲ ਨੇ ਜ਼ਹਿਰ ਭਰਤਾ। ਆਓ ਅਣਖ ਔਰ ਗੈਰਤ ਵਾਲੇ ਪੰਜਾਬ ਦੇ ਪੰਜਾਬੀ ਪੁੱਤਰੋ, ਤਕੜੇ ਹੋ ਕੇ 2017 'ਚ ਨਾ ਅੱਜ ਮਾਰਨ ਦੀ ਲੋੜ ਹੈ ਨਾ ਮਰਨ ਦੀ ਲੋੜ ਹੈ, ਕੇਵਲ ਵੋਟ ਦਾ ਜਿਹੜਾ ਅਧਿਕਾਰ ਹੈ ਉਹਦਾ ਇਸਤੇਮਾਲ ਕਰਨ ਦੀ ਲੋੜ ਹੈ। ਆਓ ਪੰਜੇ ਦਾ ਬਟਨ ਦਬਾ ਕੇ ਇਸ ਸਰਕਾਰ ਨੂੰ ਚੱਲਦਾ ਕਰੀਏ, ਔਰ ਪੂਰਨ 50 ਸਾਲਾਂ ਦੇ ਇਸ ਅਕਾਲੀ ਦਲ ਤੋਂ ਕਿਰਪਾ ਪਰਮਾਤਮਾ ਕਰੇ, ਆਉਣ ਵਾਲੇ ਸਮੇਂ 'ਚ ਸਾਰੇ ਲੋਕ ਤਕੜੇ ਹੋ ਕੇ, ਆ ਬਿੱਟੂ ਜੀ ਹਰਾਂ ਨੇ ਸਰਕਾਰਾਂ ਚਲਾਉਣੀਆਂ, ਇਹਨਾਂ ਨੇ ਚੰਨੀ ਸਾਹਿਬ ਹਰਾਂ ਨੇ, ਸਦੀਕ ਸਾਹਿਬ ਹਰਾਂ ਨੇ, ਆਸ਼ੂ ਜੀ ਆ ਨਾਗਰਾ ਜੀ ਐਂ ਬੈਠੇ ਆ ਜਿਵੇਂ ਭਗਤੀ ਕਰ ਰਹੇ ਹੁੰਦੇ ਆ। ਭਗਤ ਤਾਂ ਹੈ ਨਹੀਂ, ਕਿਉਂਕਿ ਮਜੀਠੀਏ ਨੂੰ ਇਹੀ ਉੱਡ ਉੱਡ ਕੇ ਪੈਂਦਾ ਅੰਦਰ, ਹਜੇ ਤਾਂ ਬਿਨਾਂ ਤਾਕਤ ਤੋਂ ਹੀ ਸੀ। ਅੱਜ ਸਾਨੂੰ ਕਹੀ ਜਾਂਦਾ ਸੀ, ਕਹਿੰਦਾ ਮਹੀਨਾ ਕੁ ਮੈਨੂੰ ਦਵਾ ਦਿਓ, ਮੈਂ ਆਪੇ ਮਜੀਠੀਏ ਨੂੰ ਸੰਭਾਲ ਲਾਂਗਾ। ਮੈਂ ਕਿਹਾ ਮਹੀਨਾ ਕੀ ਬਾਈ ਜੀ, ਕਿਸੇ ਆਮ ਨੂੰ ਇੱਕ ਦਿਨ ਹੀ ਦੇ ਦੇ, ਪਰ ਇਹ ਪਰਮਾਤਮਾ ਕਿਰਪਾ ਕਰੇਗਾ। ਤੁਹਾਡਾ ਆਸ਼ੀਰਵਾਦ ਹੋਇਆ ਤਾਂ ਜਿਸ ਤਰ੍ਹਾਂ ਅੱਜ ਤੱਕ ਨੇ ਕਿਹਾ ਕਿ ਇਸ ਵਾਰੀ ਕਾਂਗਰਸ ਪਾਰਟੀ ਦੀ ਸਰਕਾਰ ਬਣ ਰਹੀ ਹੈ, ਇੱਕ ਇੱਕ ਬਦਲਾ, ਇੱਕ ਇੱਕ ਹਿਸਾਬ ਇਹਨਾਂ ਸਾਰਿਆਂ ਨਾਲ ਬਾਬੇ ਦੀ ਕਿਰਪਾ ਨਾਲ ਅਸੀਂ ਕਰਨਾ ਹੈ। ਅਸੀਂ ਤਾਂ ਠੰਡ 'ਚ ਬੈਠੇ ਹੀ ਬੈਠੇ ਹਾਂ, ਆ ਪੁਲਿਸ ਦੇ ਕਰਮਚਾਰੀ ਵੀ ਵਿਚਾਰੇ ਤੁਸੀਂ ਦੇਖ ਰਹੇ ਹੋ, ਅਫਸਰ ਸਾਹਿਬਾਨ, ਪਰ ਥੋੜ੍ਹੇ ਜਿਹੇ, ਪਰ ਅੰਦਰੋਂ ਨਾ ਪਾਣੀ ਆਉਣ ਦਿੱਤਾ ਜਾ ਰਿਹਾ ਨਾ ਚਾਹ ਆਉਣ ਦਿੱਤੀ ਜਾ ਰਹੀ ਹੈ। ਕਿਹਾ ਕਿ ਬਾਦਲ ਨੇ ਕਿਹਾ ਕਿ ਇਹਨਾਂ ਨੂੰ ਭੁੱਖੇ 'ਤੇ ਆਏ ਰੱਖੋ, ਜਿਵੇਂ ਵਿਧਾਨ ਸਭਾ 'ਚ ਰੱਖਿਆ ਸੀ ਅਤੇ ਆਪੇ ਡਰ ਦੇ ਮਾਰੇ ਜਾਂ ਭੁੱਖੇ 'ਤੇ ਆਏ। ਅਸੀਂ ਉਸ ਪੰਜਾਬ ਦੇ ਨਿਵਾਸੀ ਹਾਂ ਜਿੱਥੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ, ਸ਼ਹੀਦੀਆਂ ਦਿੱਤੀਆਂ। ਭਗਤ ਸਿੰਘ ਵਰਗੇ ਨੇ 23 ਸਾਲਾਂ ਦੀ ਉਮਰ 'ਚ ਫਾਂਸੀ ਦਾ ਫੰਦਾ ਚੁੰਮਿਆ। ਕੀ ਅਸੀਂ 5 ਰਾਤਾਂ ਜਾਂ 10 ਰਾਤਾਂ ਤੁਹਾਡੇ ਘਰ ਦੇ ਬਾਹਰ ਨਹੀਂ ਗੁਜ਼ਾਰ ਸਕਦੇ? ਗੁਜ਼ਾਰ ਸਕਦੇ ਅਸੀਂ, ਕਮ ਸੇ ਕਮ ਭਗਤ ਸਿੰਘ ਤਾਂ ਨਹੀਂ ਬਣ ਸਕਦੇ, ਲੇਕਿਨ ਭਗਤ ਸਿੰਘ ਦੀ ਸੋਚ 'ਤੇ ਚੱਲਣ ਦਾ ਉਪਰਾਲਾ ਕਰ ਸਕਦੇ ਹਾਂ। ਸਾਥੀਓ, ਤੁਹਾਡੇ ਸਾਥ ਦੀ ਲੋੜ ਹੈ, ਕਿਰਪਾ ਕਰਕੇ ਕੱਲ੍ਹ ਨੂੰ ਜਦੋਂ ਸੱਦਾਂਗੇ, ਬੁਲਾਵਾਂਗੇ, ਹੋ ਸਕਦਾ ਹੈ ਕਿ ਇਸ ਬਾਦਲ ਨਾਲ ਇੱਟ ਨਾਲ ਇੱਟ ਟਕਰਾਉਣੀ ਪਵੇ, ਤੁਹਾਨੂੰ ਸੱਦਣਾ ਪਵੇ, ਤੁਹਾਨੂੰ ਆਪਦੀ ਆਪ ਤੁਸੀਂ ਸਾਰਿਆਂ ਨੇ ਚੱਲ ਕੇ ਆਉਣਾ ਹੈ। ਜੇ ਕਿਸੇ ਨੂੰ ਸੁਨੇਹਾ ਨਾ ਲੱਗੇ, ਇੱਥੋਂ ਸੁਨੇਹਾ ਲਾ ਦਿਆਂਗੇ ਲਾਈਵ ਤੋਂ, ਤਾਂ ਜੋ ਇਸ ਬਾਦਲ ਦਾ ਕਿਲਾ ਢਾਉਣਾ, ਅੰਦਰ ਵੀ ਵੜਨਾ, ਇੱਕ ਅੱਧਾ ਦਿਨ ਵਾਰਨਿੰਗ ਦਿੰਦੇ ਹਾਂ, ਜੇ ਕੁਝ ਨਾ ਹੋਇਆ ਤਾਂ ਫਿਰ ਲੜਾਈ, ਜੋ ਲੀਡਰਸ਼ਿਪ ਫੈਸਲਾ ਕਰੇਗੀ, ਜੋ ਬਿੱਟੂ ਜੀ ਹਰੀ ਅਤੇ ਆਸ਼ੂ ਜੀ ਹਰੀ ਜੋ ਹੁਕਮ ਲਾਉਣਗੇ, ਜਿਸ ਤਰ੍ਹਾਂ ਅਗਲੀ ਕਾਰਵਾਈ ਚੱਲੇਗੀ ਚੰਨੀ ਜੀ ਹਰਾਂ ਨੂੰ, ਉਹ ਅਸੀਂ ਕਰਾਂਗੇ। ਤੁਹਾਡਾ ਸਾਰਿਆਂ ਦਾ ਧੰਨਵਾਦ, ਫਿਰ ਤੁਹਾਡੇ ਨਾਲ ਹੋਵਾਂਗੇ। ਮਾਫ਼ੀ ਚਾਹੁੰਦਾ, ਮੈਨੂੰ ਲੱਗਦਾ 12:15 ਤੁਹਾਨੂੰ ਸਾਰਿਆਂ ਨੂੰ ਜਗਾਇਆ, ਤੁਸੀਂ ਸਾਨੂੰ ਹੌਸਲਾ ਸਾਡਾ ਵਧਾ ਰਹੇ ਹੋ, ਤੁਸੀਂ ਕਹਿ ਰਹੇ ਹੋ ਕਿ ਅਸੀਂ ਤੁਹਾਡੇ ਨਾਲ ਹੈ। ਕਈਆਂ ਦੇ ਲੋਕਾਂ ਦੇ ਸਵਾਲ ਆ ਰਹੇ ਹੈ, ਬਹੁਤ ਹੋ ਗਿਆ ਵੀਰ ਜੀ, ਪਲੀਜ਼ ਚੱਕ ਦਿਆਂਗੇ ਫੱਟੇ, ਕੈਪਟਨ ਸਾਹਿਬ 2017 'ਚ ਚੱਕ ਦਿਓ, ਅਸੀਂ ਤੁਹਾਡੇ ਨਾਲ ਹੈ। ਪੰਜਾਬ ਨੀਡ ਗ੍ਰੇਟ ਲੀਡਰਸ, ਬਿੱਟੂ ਬਾਈ ਅਤੇ ਰਾਜੇ ਬਾਈ, ਅਸੀਂ ਤੁਹਾਡੇ ਨਾਲ ਹੈ। ਅਮਰਦੀਪ ਗਰੇਵਾਲ ਹੈ ਕੋਈ, ਉਹ ਲਿਖ ਰਹੇ ਆ ਨਾਲ ਨਾਲ ਕਮੈਂਟ ਲਿਖ ਰਹੇ ਹੈ, ਜਿੰਨੇ ਲੋਕ ਹੈ। ਸੋ ਸੰਤੋਖ ਸਿੰਘ, ਧੰਨਵਾਦ ਸੰਤੋਖ ਬਾਈ, ਉਹ ਕਹਿੰਦੇ ਸਦੀਕ ਸਾਹਿਬ ਨੂੰ ਕਹੋ ਗਾਣਾ ਸੁਣਾ ਦਿਓ। ਹੁਣ ਮਾਫ਼ੀ ਚਾਹੁੰਦੇ ਹਾਂ, ਸਾਡੇ ਕੋਲ ਆਵਾਜ਼ ਸਾਜ ਅਤੇ ਸਾਜਾ ਹੈ ਨਹੀਂ ਤਾਂ ਅਸੀਂ ਗਾਣੇ ਵੀ ਸਦੀਕ ਸਾਹਿਬ ਨੂੰ ਕਹਿੰਦੇ। ਤੁਸੀਂ ਟੱਪਣਾ ਤਾਂ ਪੈਣਾ ਹੀ ਆ, ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਦੀ। ਮਨਦੀਪ ਸਿੰਘ ਗਿੱਲ, ਕਾਂਗਰਸ ਲਿਆਵਾਂਗੇ। ਕੀ ਹੈ ਡੈਂਪੀ ਬਾਈ, ਬਾਈ ਗਾਣੇ ਸੁਣ ਲਓ ਸਦੀਕ ਸਾਹਿਬ ਦੇ, ਬਾਈ ਰਾਤ ਨੂੰ ਠੰਡ ਲੱਗੀ ਜਾਂਦੀ ਹੈ, ਗਾਣੇ ਕਿੱਥੋਂ ਸੁਣ ਲਈਏ ਭਰਾਵਾ, ਉੱਧਰੋਂ ਉੱਤੋਂ ਠਰੀ ਜਾਂਦੇ। ਅੱਗੇ ਹੈ ਗੌਰਵ ਖੰਨਾ, ਚਲੋ ਤੁਹਾਡਾ ਧੰਨਵਾਦ। ਹੁਣ ਮੈਂ ਕਹੂੰਗਾ ਬਿੱਟੂ ਜੀ ਸ਼ੁਭ ਰਾਤਰੀ, ਸਤਿ ਸ਼੍ਰੀ ਅਕਾਲ ਜੀ, ਗੁੱਡ ਨਾਈਟ। ਸੁੱਤੇ ਨਹੀਂ ਪੰਡਿਤ ਜੀ, ਅਜੇ ਤੁਸੀਂ ਸੌਣ ਦਾ ਡਰਾਮਾ ਨਾ ਕਰੋ, ਮੈਨੂੰ ਪਤਾ ਠੰਡ, ਨਾ ਨੀਂਦ ਤਾਂ ਆਉਂਦੀ ਨਹੀਂ, ਨਾ ਕੰਬਲ ਹੈ ਨਾ ਖੇਸ ਹੈ। ਸੋ ਸਾਰੇ ਲੋਕ ਅੱਜ ਇੱਥੇ ਰਹਾਂਗੇ, ਨਾਗਰਾ ਸਾਹਿਬ ਨੇ ਤਾਂ ਕੰਬਲ ਸਦੀਕ ਸਾਹਿਬ ਦਾ ਮੰਨ ਲਿਆ, ਬਹੁਤ ਬਹੁਤ ਧੰਨਵਾਦ, ਜੈ ਹਿੰਦ।
ਹੁਣ ਵੱਡੇ ਅਫਸਰ ਵੀ ਆ ਗਏ ਅਸੀਂ ਹੁਣ ਫੋਨ ਬੰਦ ਕਰਨ ਲੱਗੇ ਹਾਂ ਬਹੁਤ ਬਹੁਤ ਧੰਨਵਾਦ ਰਾਜਾ ਜੀ ਤੇਰੇ ਤੋਂ ਡਰ ਗਏ ਆ ਗਏ